ਮੈਨੂੰ ਨਾ ਬੋਲਣ ਦੇ ਕੋਈ, ਮੈਨੂੰ ਬੋਲਣ ਦੇ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ, ਠੀਕ ਠਾਕ? ਅੱਜ ਦੀ ਜਨਾਬ ਕਰਨੇ ਆ ਵੀਡੀਓ ਸ਼ੁਰੂ। ਆਹ ਬੰਦਾ ਮੈਨੂੰ ਮਿਲਿਆ ਨਾਲ ਹੀ, ਤੇ ਗਿਲੇ ਸ਼ੁਰੂ ਹੋ ਗਏ ਨੇ। ਕਰੋ ਭਾਜੀ ਗਿਲੇ, ਕਰੋ ਗਿਲੇ। ਕੀ ਕਰਨੇ ਆ ਜੀ, ਤੁਸੀਂ ਦਸ ਰੁਪਈਆ ਦੇ ਮੋਬਾਈਲ ਫੜੇ ਨੇ, ਆਪਣੇ ਆਪ ਨੂੰ ਬੜੇ ਭਲਵਾਨ ਸਮਝਦੇ ਨੇ। ਨਾਲ ਮੈਂ ਤੈਨੂੰ ਕੀ ਕਿਹਾ ਦੱਸ ਮੈਨੂੰ, ਹੈਂ? ਆਹ ਤੇ ਸਾਡੀ ਇੱਜ਼ਤ ਹੈ, ਨਾਲੇ ਠੁੱਡੇ ਖਾਈਏ ਤੇ ਨਾਲੇ ਪਿੰਡ ਛੱਡ ਕੇ ਜਾਈਏ। ਜੇ ਤੁਸੀਂ ਕਰਨ ਕੱਖ ਨਹੀਂ ਜੋਗੇ ਤਾਂ ਯਾਰ ਠੁੱਡੇ ਤੇ ਨਾ ਮਾਰੋ। ਅੱਛਾ, ਅਸੀਂ ਹੁਣ ਚੱਲੇ ਹਾਂ ਜਨਾਬ ਕਣਕ ਤੋਲਣ। ਕਣਕ ਦੀ ਅਸੀਂ ਸ਼ਰਤ ਲਾ ਬੈਠੇ ਇੱਕ ਬੰਦੇ ਨਾਲ, ਸਾਡੀ ਜੀ 21 ਮਣ ਨਿਕਲੀ ਤੇ ਇੱਕ ਸੂਟ ਬਣ ਜਾਣਾ ਬੰਦੇ ਦਾ, ਤੇ ਨਾਲੇ ਬੂਟ ਨਾਲ ਬੂਟ। ਉਹ ਹੁਣ ਵੇਖੋ ਅਸੀਂ ਤੋਲਣ ਚੱਲੇ, ਜੇ ਨਿਕਲ ਆਈ ਤੇ ਫਿਰ ਤੇ ਮੌਜਾਂ, ਈਦ ਬਣ ਗਈ ਤੇ ਫਿਰ ਫਿਰ ਵੀ ਚਲੋ ਵਹਿੰਦੇ ਆ। ਤੇ ਅੱਜ ਜਨਾਬ ਤਰੀਆਂ ਰੋਜ਼ਾ ਸੂਬਾ ਈਦ, ਜਨਾਬ ਆਹ ਦਾਣੇ ਤੋਲ ਲਏ ਨੇ ਤੇ ਦਾਣੇ ਜਨਾਬ 21 ਛੱਡ ਕੇ 22 ਮਣ ਹੋ ਗਏ ਨੇ। ਆਹ ਬੰਦਾ ਜਨਾਬ ਬੜਾ ਖੁਸ਼ ਜਿੱਤ ਗਿਆ। ਹਾਂਜੀ ਹਾਂਜੀ, ਮਾਸ਼ਾਅੱਲਾ ਮਾਸ਼ਾਅੱਲਾ ਜੀ, ਅੱਲਾ ਨੇ ਬਰਕਤ ਪਾਈ ਹੈ ਜੀ ਇਸ ਮਜ਼ਦੂਰ ਦੀ ਦੁਆ, ਰੱਬ ਨੇ ਕਬੂਲ ਕੀਤੀ, ਉਹਦੀ ਮਿਹਰਬਾਨੀ ਹੈ ਜੀ। ਬਸ ਤੁਸੀਂ ਕਿਹੜਾ ਮਹਿਸੂਸ ਕਰ ਰਹੇ ਹੋ ਜਨਾਬ? ਤੁਸੀਂ ਮੈਂ ਬਹੁਤ ਅੱਛਾ ਮਹਿਸੂਸ ਕੀਤਾ ਜੀ, ਸਾਡੀ ਮਿਹਨਤ ਰੱਬ ਨੇ ਪੱਲੇ ਪਾ ਦਿੱਤੀ ਹੈ ਜੀ, ਉਹਦਾ ਸ਼ੁਕਰ ਹੈ ਮਾਲਕ ਦਾ। ਚਲੋ ਚਲੋ, ਮਾਲਕ ਵੀ ਸ਼ਾਣੇ ਤੋਲ ਲੈਣ ਤੇ ਹੁਣ ਅਸੀਂ ਲੱਗੇ ਹਾਂ ਜਨਾਬ ਨਹਾਉਣ। ਉਹ ਮੋਟਰ ਚਲਾ ਕੇ ਤੇ ਮੋਟਰ ਤੇ ਅੱਜ ਬੜੇ ਚਿਰ ਬਾਅਦ ਨਹਾਉਣਾ ਅਸਾਂ, ਕਾਫੀ ਸਾਲ ਬਾਅਦ ਮੇਰਾ ਖਿਆਲ ਨਹਾਉਣ ਲੱਗੇ। ਹਾਂਜੀ, ਤੇ ਬਾਬਾ ਦੇਰ ਬਾਅਦ ਇਕੱਠੇ ਹੋ ਕੇ ਨਹਾਉਣ ਲੱਗੇ ਆ। ਇਕੱਠੇ ਹੋ ਗਏ, ਦੋ ਜਣੇ ਹੋ ਕੇ ਨਹਾਉਣ ਲੱਗੇ ਆ ਨਾ, ਅੱਗੇ ਵੱਖ ਵੱਖ ਨਹੀਂ। ਉਹ ਸੂਬੇ ਦੇ ਨਾਲ ਜਾਂਦੇ ਆ, ਉਹ 2 ਸਾਲ ਹੀ ਹੋ ਗਏ ਨੇ। 2 ਸਾਲ ਹੀ ਹੋ ਗਏ ਨੇ। ਹਾਂਜੀ, ਅਸਾਂ ਆਪਣੇ ਤੌਰ ਤੇ ਤੋਲੇ ਨੇ, ਉਹ 22 ਮਣ ਹੋਏ ਨੇ, ਜਿਹਦੇ ਨਾਲ ਸ਼ਰਤ ਲੱਗੀ ਉਹਨੇ ਜੇ ਕਰੀ ਤੋਲਨੇ ਨੇ। ਉਹ ਵੇਖੋ ਆ ਕੇ ਕੀ ਜਵਾਬ ਦਿੰਦਾ। ਮੇਰਾ ਰਾਬਤਾ ਹੋ ਗਿਆ ਸੀ ਉਹਦੇ ਨਾਲ, ਮੈਂ ਉਹਨੂੰ ਮੁਬਾਰਕ ਦਿੱਤੀ ਸੀ, ਬੈਡ ਤੇ ਲੰਮੇ ਪਿਆ ਸੀ, ਪਹਿਲੇ ਸਿੱਧਾ ਹੋ ਕੇ। ਅੱਛਾ, ਜਦੋਂ ਮੈਂ ਮੁਬਾਰਕ ਦਿੱਤੀ ਦਾਣੇ ਵੱਲੋਂ ਆਖਿਆ ਕਿ 22 ਮਣ ਤੇ 2 ਕਿਲੋ ਹੋਏ ਨੇ ਤੇ ਪੁੱਠਾ ਹੋ ਗਿਆ ਸੀ, ਤੇ ਮੈਂ ਕਿਹਾ ਕੋਈ ਨੀ ਗੱਲ, ਸਿੱਧਾ ਹੋ, ਇੰਝ ਹੀ ਕੰਮ ਹੁੰਦਾ ਹੈ, ਅੱਲਾ ਦੀ ਬਰਕਤ ਪਾਈ ਹੈ, ਕੋਈ ਨੀ ਗੱਲ, ਹੁਣ ਤੇ ਸੂਟ ਬਣਦਾ ਨਾ। ਤੇ ਗੁਹਾਰ ਲਓ ਜਨਾਬ, ਹੈ ਤੂੜੀ ਜਨਾਬ ਪਿੰਡਾਂ ਦੇ ਵਿੱਚ ਪਾ ਕੇ ਅਤੇ ਲਿਆ ਕੇ ਅਤੇ ਇੱਥੇ ਲੁੱਦਣ ਡੇ ਨੇ, ਸਟੋਰ ਕਰਨ ਡੇ ਨੇ। ਆ ਜੀ ਦੋਸਤੋ, ਹਾਰਵੈਸਟਰ ਮਸ਼ੀਨ ਹੈ ਅਤੇ ਇਹਨੂੰ ਭੜੋਲਾ ਮਸ਼ੀਨ ਵੀ ਕਹਿੰਦੇ ਨੇ, ਜਿਵੇਂ ਕਿ ਪਹਿਲੀ ਵੀਡੀਓ 'ਚ ਵਿਖਾਇਆ ਉਂਝ ਦੀ ਹੈ, ਲੇਕਿਨ ਇਹਦੇ ਪਿੱਛੇ ਇੱਕ ਹੋਰ ਭੜੋਲਾ ਲੱਗਾ। ਇਹ ਥੱਲੂ ਰੱਖ ਕੇ ਵੱਢਦੀ, ਨਾਲ ਹੀ ਤੂੜੀ ਬਣਾਈ ਜਾਂਦੀ ਹੈ ਅਤੇ ਨਾਲ ਹੀ ਜਨਾਬ ਕਣਕ ਲੈਦਾ ਕਰੀ ਜਾਂਦੀ ਹੈ। ਜਿਹੜੀ ਦੂਸਰੀ ਮਸ਼ੀਨ ਹੈ ਉਹ ਸਿਰਫ ਕਣਕ ਲੈਦਾ ਕਰਦੀ ਹੈ ਅਤੇ ਤੂੜੀ ਬਾਅਦ 'ਚ ਚਾਪੜੇ ਦੇ ਨਾਲ ਬਣਾਉਣੀ ਪੈਂਦੀ ਹੈ। ਇਹ ਮਸ਼ੀਨ 'ਚ ਜਨਾਬ ਨਾਲ ਹੀ ਤੂੜੀ ਬਣ ਜਾਂਦੀ ਹੈ, ਨਾਲ ਹੀ ਕਣਕ ਲੈਦਾ ਹੋ ਜਾਂਦੀ ਹੈ। ਜਨਾਬ ਖਾਨਾ ਇਹਦਾ ਫੁੱਲ ਹੋ ਗਿਆ ਸੀ ਤੂੜੀ ਵਾਲਾ, ਤਾਂ ਤੁਹਾਡੇ ਸਾਹਮਣੇ ਹੀ ਉਹਨੇ ਜਨਾਬ ਜੱਕ ਦੇ ਨਾਲ ਹੀ ਖੋਲ੍ਹ ਕੇ ਅਤੇ ਤੂੜੀ ਥੱਲੇ ਸੁੱਟਤੀ ਹੈ, ਅਤੇ ਫਿਰ ਜਨਾਬ ਮਸ਼ੀਨ ਦੁਬਾਰਾ ਵੱਢਣੀ ਸ਼ੁਰੂ ਹੋਈ ਹੈ ਜੀ। Help.
ਮੈਂ ਚੱਲਾਂ ਕਲਾਸ ਵਾਲੇ ਉੱਥੇ ਭਰਾ ਮੇਰਾ ਗਿਆ ਹੈ ਛੋਟੇ ਛੋਟੇ ਕਰੋ ਜੀ ਮੈਂ ਹਾਂ ਪਸਰੂਰ ਇੱਕ ਦੋ ਕੰਮ ਸਾਨੂੰ ਖਤ ਕਰਾਉਣਾ ਸੀ ਮੋਬਾਈਲ ਦਾ ਗਲਾਸ ਚੇਂਜ ਕਰਵਾਉਣਾ ਸੀ ਹੋਰ ਇੱਕ ਦੋ ਚੀਜ਼ਾਂ ਲੈਣੀਆਂ ਸਨ ਖਾਨ ਸਾਹਿਬ ਸ਼ੁਕਰ ਅੱਲਾ ਤੁਸੀਂ ਸੁਣਾਓ ਤੇ ਕਦੋਂ ਮਿਲੇਗੀ ਪਾਲਿਸ਼ ਕਰਨੀ ਆ ਮੈਂ ਆ ਕੇ ਉੱਥੇ ਹੋ ਗਿਆ ਗਰੀਲਾ ਤੇ 90 150 ਦਾ ਗਰੀਲਾ ਦੇ ਕੀ ਫਰਕ ਹੈ ਬੜਾ ਮਜ਼ਬੂਤ ਹੁੰਦਾ ਨਾ ਅੱਗੇ ਆ ਕਿਹੜਾ ਕਿਹੜਾ ਮੇਰਾ 90 ਛੱਡਿਆ 90 ਚਾੜ ਦਿਓ